ਕਿੱਥੋਂ ਲੈ ਕੇ ਆਇਓ ਬਾਈ ਜੀ? ਕਿੱਥੋਂ ਲੈ ਕੇ ਆਏ ਦਾਰੂ ਦੀ ਬੋਤਲ? ਕੀ ਵੋਟਾਂ 'ਚ ਲੈ ਕੇ ਆਏ? ਵੋਟਾਂ 'ਚ ਗਏ ਸੀ ਕਿਤੇ? ਕਿਹੜੀ ਆ ਦਿਖਾਇਓ, ਇੱਧਰੋਂ ਮਾਰਕਾ ਦਿਖਾਇਓ। ਅੱਜ ਤੱਕ ਸਿਰਫ ਸੁਣਿਆ ਸੀ ਕਿ ਰੈਲੀਆਂ ਦੇ ਵਿੱਚ ਦਾਰੂ ਵੰਡੀ ਜਾਂਦੀ ਹੈ, ਪੋਲੀਟੀਸ਼ੀਅਨ ਦਾਰੂ ਵੰਡ ਕੇ ਲੋਕਾਂ ਤੋਂ ਉਹਨਾਂ ਦੀ ਵੋਟ ਮੰਗਦੇ ਨੇ, ਪਰ ਅੱਜ ਦੇਖਣ ਨੂੰ ਵੀ ਮਿਲਿਆ ਹੈ। ਦਰਅਸਲ ਕਾਂਗਰਸ ਪਾਰਟੀ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਆਪਣੀ ਰੈਲੀ ਦੌਰਾਨ ਲੋਕਲ ਜਿਹੜੇ MC ਹੁੰਦੇ ਨੇ, ਕਾਉਂਸਲਰ ਹੁੰਦੇ ਨੇ, ਉਹਨਾਂ ਦੇ ਵੱਲੋਂ ਲੋਕਾਂ ਦੇ ਵਿੱਚ ਦੇਸੀ ਦਾਰੂ ਵੰਡੀ ਗਈ ਹੈ। ਜੀ ਹਾਂ, ਪਲਾਸਟਿਕ ਦੀਆਂ ਇਹ ਬੋਤਲਾਂ ਜੋ ਇੱਕ ਲੋਕ ਨਹੀਂ, ਦੋ ਨਹੀਂ, ਤਿੰਨ ਨਹੀਂ, ਕਈ ਲੋਕ ਆਪਣੀ ਡੱਬ 'ਚ ਫਸਾਈ, ਕਿਸੇ ਨੇ ਹੱਥ 'ਚ ਫੜੀ ਹੈ, ਇਹ ਸਾਰੀਆਂ ਬੋਤਲਾਂ ਇਸ ਰੈਲੀ ਤੋਂ ਲੈ ਕੇ ਆ ਰਹੇ ਨੇ। ਹਾਲਾਂਕਿ ਇਹ ਸਾਰੇ ਇਲਜ਼ਾਮ ਲੱਗ ਰਹੇ ਨੇ, ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਰਿਐਕਟ ਕੀਤਾ ਗਿਆ ਹੈ, ਪਰ ਜਿਹੜੇ ਸ਼ਖਸ ਨੂੰ ਪੱਤਰਕਾਰ ਨੇ ਘੇਰਾ ਪਾਇਆ, ਜਦ ਉਸ ਤੋਂ ਪੁੱਛਿਆ ਤਾਂ ਉਸਨੇ ਕਾਂਗਰਸ ਪਾਰਟੀ ਦਾ ਨਾਂ ਲਿਆ। ਉਸ ਦੀ ਜੇਬ ਦੇ ਵਿੱਚ ਇੱਕੋ ਪਰਚਾ ਵੀ ਨਿਕਲਿਆ, ਜਿਸ ਉੱਤੇ ਚੋਣ ਪ੍ਰਚਾਰ ਵੇਲੇ ਜਿਹੜੇ ਪਰਚੇ ਵੰਡੇ ਜਾਂਦੇ ਨੇ ਉਹੀ ਉਹ ਪਰਚਾ ਸੀ, ਅਤੇ ਉੱਤੇ ਮੈਨੀਫੈਸਟੋ ਕਾਂਗਰਸ ਦਾ ਲਿਖਿਆ ਹੋਇਆ ਸੀ। ਹਾਲਾਂਕਿ ਇਹ ਸਾਰੇ ਇਲਜ਼ਾਮ ਹੈ, ਨਿਊਜ਼ 18 ਪੰਜਾਬ ਇਸ ਗੱਲ ਦੀ ਪੁਸ਼ਟੀ ਵੀ ਨਹੀਂ ਕਰਦਾ ਅਤੇ ਨਾ ਹੀ ਇਸ ਵੀਡੀਓ ਦੀ ਪੁਸ਼ਟੀ ਕਰਦਾ ਹੈ, ਪਰ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਕਾਂਗਰਸ ਵੋਟਾਂ ਦੇ ਲਈ ਸ਼ਰਾਬ ਵੰਡ ਰਹੀ ਹੈ ਅਤੇ ਵਿਰੋਧੀ ਉਹਨਾਂ ਨੂੰ ਘੇਰ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਨ ਦੀ ਆਮ ਆਦਮੀ ਪਾਰਟੀ ਨੇ ਗੱਲ ਆਖ ਦਿੱਤੀ ਹੈ। ਦਰਅਸਲ ਵੀਡੀਓ ਤੁਹਾਨੂੰ ਦੱਸ ਦਈਏ ਕਿ ਖੰਨਾ ਦੇ ਮਾਛੀਵਾੜਾ ਸਾਹਿਬ ਇਲਾਕੇ ਤੋਂ ਦੱਸੀ ਜਾ ਰਹੀ ਹੈ, ਜਿੱਥੇ ਕਾਂਗਰਸੀ ਰੈਲੀ ਦੌਰਾਨ ਦਾਰੂ ਵੰਡੀ ਗਈ। ਇਸ ਤਰੀਕੇ ਦੇ ਇਲਜ਼ਾਮ ਲੋਕਾਂ ਦੇ ਵੱਲੋਂ ਅਤੇ ਵਿਰੋਧੀ ਧਿਰ ਦੇ ਵੱਲੋਂ ਕਾਂਗਰਸ ਪਾਰਟੀ 'ਤੇ ਲਗਾਏ ਗਏ ਨੇ। ਆਓ ਉਸ ਸ਼ਖਸ ਦੇ ਕੋਲੋਂ ਪੂਰੀ ਗੱਲਬਾਤ ਜਾਣਦੇ ਹਾਂ ਜਿਸ ਦੇ ਕੋਲੋਂ ਇਹ ਦਾਰੂ ਦੀ ਬੋਤਲ ਬਰਾਮਦ ਹੋਈ ਹੈ। ਕਿੱਥੋਂ ਲੈ ਕੇ ਆਏ ਹੋ ਬਾਈ ਜੀ? ਕਿੱਥੋਂ ਲੈ ਕੇ ਆਏ ਦਾਰੂ ਦੀ ਬੋਤਲ? ਕਿਹਨਾਂ ਦੀ? ਕਿਹਨਾਂ ਦੀ? ਕੀ ਨਾਮ ਆ ਉਹਨਾਂ ਦਾ? ਹਾਂਜੀ, MC ਕੀ ਨਾਮ ਆ? ਕੀ ਵੋਟਾਂ 'ਚ ਲੈ ਕੇ ਆਏ? ਵੋਟਾਂ 'ਚ ਗਏ ਸੀ ਕਿਤੇ? ਤੁਸੀਂ ਉੱਥੇ ਵੀ ਗਏ ਸੀ ਰੈਲੀ 'ਤੇ? ਰੈਲੀ 'ਤੇ ਵੀ ਗਏ ਸੀ? ਕਾਂਗਰਸ ਦੀ ਰੈਲੀ 'ਤੇ? ਯਾਰ ਅਸੀਂ ਤਾਂ ਇੱਥੋਂ ਆਏ ਹਾਂ। ਤੁਹਾਡੀ ਵੀਡੀਓ ਆਈ ਹੋਈ ਹੈ ਵਿੱਚ ਜੀ ਰੈਲੀ 'ਤੇ ਬੈਠਿਆਂ ਦੀ? ਹੋਰ ਜੀ, ਤੁਹਾਡੇ ਮੁਹੱਲੇ 'ਚ? ਉਹਨੂੰ ਪੁੱਛ ਲਓ। ਚੱਕਿਓ ਮਾੜਾ ਜੀ ਸ਼ਰਟ, ਚੱਕਿਓ ਇੱਕ ਮਿੰਟ ਆਪਣੀ, ਕੱਢਿਓ ਬਾਹਰ, ਕੱਢਿਓ ਬੋਤਲ, ਕਿਹੜੀ ਆ ਦਿਖਾਇਓ, ਇੱਧਰੋਂ ਮਾਰਕਾ ਦਿਖਾਇਓ। ਕਿਹਨੇ ਦਿੱਤੀ ਆ? MC ਨੇ ਦਿੱਤੀ। ਕੀ ਨਾਮ ਆ ਉਹਨਾਂ ਦਾ? ਕਿਹੜੀ ਪਾਰਟੀ ਦਾ? ਕਿਹੜੀ ਪਾਰਟੀ ਦੇ ਹੁਣ ਆਏ ਸੀ? ਕੌਣ ਆਇਆ ਸੀ ਉਰੇ ਹੁਣੇ? ਕਿਹੜੀ ਪਾਰਟੀ ਦੇ ਨੇ? ਇੱਥੋਂ ਆਏ ਆ ਗੁਰਦੁਆਰੇ ਕੋਲੋਂ ਯਾਰ। ਹਾਂਜੀ, ਉੱਥੇ ਕੌਣ ਆਇਆ ਸੀ ਹੁਣੇ? ਇਹ ਨਹੀਂ ਪਤਾ ਜੀ। ਕਿਹੜੀ ਪਾਰਟੀ ਦੇ ਬੰਦੇ? ਕੋਈ ਲੀਡਰ ਆਇਆ ਸੀ ਜਾਂ ਕਿਹੜਾ ਆਇਆ ਸੀ? ਲੀਡਰ ਹੀ ਆਏ ਹੁਣੇ। ਲੀਡਰ ਜਿਹੜਾ MC ਆ ਤੁਹਾਡਾ, ਉਹ ਕਿਹੜੀ ਪਾਰਟੀ ਦਾ? ਇੱਧਰ ਆਓ ਖੜਾ। ਨਹੀਂ, ਕਿਹੜੀ ਪਾਰਟੀ ਦਾ? ਪੰਮਾ ਜੀ। ਪਾਰਟੀ ਕਿਹੜੀ ਆ? ਜਿਵੇਂ ਪਾਰਟੀ ਦਾ ਨਹੀਂ ਜੀ, ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, BJP, ਕਿਹੜੀ ਪਾਰਟੀਆਂ ਸਭ? ਅੱਜ ਜਿਹੜਾ ਹੱਥ ਉੱਤੇ ਪਾਇਆ ਹੋਇਆ, ਇਹਨਾਂ ਦੀ ਪਾਰਟੀ ਸੀ? ਆ ਜਿਹੜਾ ਤੁਹਾਡੇ ਉੱਤੇ ਕਾਗਜ਼ ਜਿਹਾ ਪਾਇਆ ਹੋਇਆ ਇੱਧਰਲੀ ਜੇਬ 'ਚ, ਖੋਲਿਓ ਇਹਨੂੰ, ਖੋਲਿਓ। ਹਲੋ, ਮੈਂ ਕਿਹੜਾ ਲਕੋਰ ਰੱਖਦਾ ਜੀ? ਨਾ ਨਾ, ਠੀਕ ਆ ਵਧੀਆ। ਅੱਜ ਤਾਂ ਦਿਹਾੜੀ ਲਾ ਕੇ ਆਏ ਹਾਂ, ਕਹਿੰਦੇ ਵੀ ਇੱਥੇ ਆ। ਖੋਲੋ ਪੂਰੀ ਚੰਗੀ ਤਰ੍ਹਾਂ, ਖੋਲਿਓ ਇਹਨੂੰ ਪੂਰਾ, ਸਿੱਧਾ ਕਰਿਓ। ਇਹ ਆਇਆ ਸੀ ਬੰਦਾ ਅੱਜ ਇੱਥੇ? ਖੋਲਿਓ, ਖੋਲਿਓ। ਤੇ ਬੋਤਲ ਇਹਨਾਂ ਨੇ ਦਿੱਤੀ ਆ ਫਿਰ? ਇਹਦੇ ਬਾਰੇ ਮੈਨੂੰ ਨਹੀਂ ਪਤਾ ਹੈ ਵੀ ਬੰਦਾ ਜਿਹੜਾ ਇਲਜ਼ਾਮ ਲਾ ਰਿਹਾ ਵੀ ਕਿਉਂ ਲਾ ਰਿਹਾ, ਕਿਉਂਕਿ ਅਸੀਂ ਨਾ ਦਾਰੂ ਵੰਡੀ ਆ, ਨਾ ਸਾਡਾ ਕੈਂਡੀਡੇਟ ਇਸ ਹੱਕ 'ਚ ਦਾਰੂ ਵੰਡਣ ਦੇ। ਹੁਣ ਉਹ ਬੰਦਾ ਪਤਾ ਨਹੀਂ ਕਿਉਂ ਬਈ ਜਾਂ ਬਦਨਾਮ ਕਰਨ ਦੀ ਖਾਤਰ ਸਾਨੂੰ ਮਤਲਬ ਸਾਡਾ ਨਾਂ ਯੂਜ਼ ਕਰ ਰਿਹਾ, ਤੇ ਅਸੀਂ ਕੋਈ ਇੱਦਾਂ ਮਤਲਬ ਦਾਰੂ ਵਾਲਾ ਕੰਮ, ਵੰਡ ਵੰਡਈ ਵਾਲਾ ਕੋਈ ਨਹੀਂ ਕੀਤਾ। ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ, ਉਹ ਕਾਂਗਰਸ ਦੀ ਸਰਕਾਰ ਦੀ ਪੁਰਾਣੀ ਦਾਰੂ, ਉਹੀ ਦਾਰੂ ਅਸੀਂ ਚੋਣ ਕਮਿਸ਼ਨ ਨੂੰ, ਮੈਂ ਮਾਨਯੋਗ ਸਾਡੇ ਰਾਜੂ ਜੀ ਹੈਗੇ, ਅਸੀਂ ਇਹਨਾਂ ਨੂੰ ਬੇਨਤੀ ਕਰ ਰਹੇ ਹਾਂ, ਅਸੀਂ ਚੋਣ ਕਮਿਸ਼ਨ ਕੋਲ ਇਹਦੀ ਸ਼ਿਕਾਇਤ ਕਰ ਰਹੇ ਹਾਂ। ਆਹ ਮੇਰੇ ਕੋਲ ਵੀਡੀਓ ਵੀ ਆ ਗਈ ਹੈ,
ਦਾਰੂ ਵੰਡੀ ਜਾ ਰਹੀ ਹੈ ਔਰ ਪਿੱਛੇ ਦਲਵੇ ਦੇ ਵਿੱਚ ਵੀ ਇਹ ਦਾਰੂ ਵੰਡੀ ਗਈ ਜਿਹਦੇ ਨਾਲ 25 ਪਰਿਵਾਰ ਵਿਛੜੇ। ਇਹ ਦਾਰੂ ਵੰਡਣ ਦਾ ਜਿਹੜੀ ਇਹ ਭਗਤ ਦੀ ਲੋਕ ਹੁੰਦੇ ਨਾ ਦਾਰੂਆਂ ਵੰਡ ਕੇ ਦਾਰੂਆਂ ਪਿਲਾ ਕੇ ਇਹਦਾ ਜਿਹੜੇ ਮਰਦੇ ਆ ਉਹ ਸਾਡੇ ਗਰੀਬ ਮਰਦੇ ਆ। ਅਸੀਂ ਤਾਂ ਗਰੀਬਾਂ ਨੂੰ ਇਹ ਬੇਨਤੀ ਕਰਾਂਗੇ ਇਹ ਚੋਣ ਪ੍ਰਕਿਰਿਆ ਸ਼ੁਰੂ ਹੋਏਗੀ ਹੈ ਇਹਦੇ 'ਚ ਕਿਸੇ ਵੀ ਉਮੀਦਵਾਰ ਤੋਂ ਦਾਰੂ ਨਾ ਲਓ ਨਾ ਪੀਓ ਨਹੀਂ ਤਾਂ ਤੁਸੀਂ ਆਪਣੇ ਪਰਿਵਾਰਾਂ ਤੋਂ ਅੱਧ ਤੋਂ ਬੈਠੋਗੇ। ਦੇਖੋ ਡਾਕਟਰ ਅਮਰ ਸਿੰਘ ਕਹਿਣ ਨੂੰ ਡਾਕਟਰ ਨੇ ਪਰ ਅਸਲ ਦੇ ਵਿੱਚ ਉਹ ਇੱਕ ਕਿਸਮ ਦੇ ਉਹੋ ਜਿਹੇ ਇਨਸਾਨ ਨੇ ਜਿਹੜੇ ਨਸ਼ਾ ਵੇਚ ਕੇ ਜਿਹੜੇ ਵੋਟ ਲੈਣੀ ਚਾਹੁੰਦੇ ਨੇ। ਮੈਂ ਤਾਂ ਸ਼ਰੇਆਮ ਕਹਿਣਾ ਨਾ ਅਸੀਂ ਪਹਿਲਾਂ ਦਾਰੂ ਵੰਡੀਆ ਨਾ ਹੁਣ ਵੰਡੀਏ। ਅਸੀਂ ਚੰਗੇ ਕੰਮ ਕਰ ਸਕਦੇ ਹਾਂ ਜੇ ਅਸੀਂ ਖਰਚਾ ਕਰਾਂਗੇ ਫਿਰ ਸਾਤੋਂ ਕੀ ਲੋਕ ਭਾਲਦੇ ਨੇ। ਸੋ ਇਸ ਕਰਕੇ ਉਹਨਾਂ ਨੇ ਕੁਛ ਕਰਨਾ ਨਹੀਂ ਇਸੇ ਕਰਕੇ ਜਦੋਂ ਵੋਟਾਂ ਆਉਂਦੀਆਂ ਨੇ ਉਸੇ ਟਾਈਮ ਬਾਹਰ ਨਿਕਲਦੇ ਨੇ ਬਸ ਦਾਰੂ ਵੰਡ ਕੇ ਜਾਂ ਪੁੱਠੇ ਸਿੱਧੇ ਕੰਮ ਕਰਕੇ ਵੋਟਾਂ ਲੈਣੀ ਚਾਹੁੰਦੇ ਨੇ। ਅਸੀਂ ਬਿਲਕੁਲ ਨਹੀਂ ਇਹ ਕੰਮ ਕਰਨਾ ਨਾ ਅਸੀਂ ਦਾਰੂ ਵੰਡਣਾ ਨਾ ਕੋਈ ਹੋਰ ਨਸ਼ਾ ਵੰਡਣਾ। ਅਸੀਂ ਤਾਂ ਹੱਥ ਜੋੜ ਕੇ ਸਭ ਨੂੰ ਕਹਿੰਦੇ ਵੀ ਜਿੰਨੇ ਕੰਮ ਹੁਣ ਕੀਤੇ ਨੇ ਚੰਗੇ ਆਉਣ ਵਾਲੇ ਸਮੇਂ 'ਚ ਹੋਰ ਚੰਗੇ ਕੰਮ ਕਰਾਂਗੇ ਤਾਂ ਕਿ ਹਰ ਇੱਕ ਨੂੰ ਜਿਹੜਾ ਲਾਭ ਹੈ ਉਹਦਾ ਮਿਲ ਸਕੇ।